ਸਮੂਹ ਦਲਿਤ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਕੀਤਾ ਜਾਮ, ਕੇਂਦਰ ਅਤੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ। ਹੋਰ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ 'ਤੇ ਬਣੀ ਪਾਰਕ ਢਾਹੁਣ 'ਤੇ ਕੀਤਾ ਰੋਸ ਪ੍ਰਦਰਸ਼ਨ। ਡੀ ਐੱਸ ਪੀ ਮਜੀਠਾ, ਬੀ ਡੀ ਪੀ ਓ ਮਜੀਠਾ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਕੀਤੀ ਆਵਾਜਾਈ ਚਾਲੂ। ਵਾਲਮੀਕ ਸਮਾਜ ਦੇ ਆਗੂ ਸੰਤ ਬਾਬਾ ਮੇਘਨਾਥ ਜੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ, ਜੇਕਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਹੋਵੇਗਾ ਰੇਲ ਰੋਕੋ ਅੰਦੋਲਨ। ਪ੍ਰਸ਼ਾਸਨ ਨੂੰ ਦਿੱਤਾ ਇੱਕ ਹਫ਼ਤੇ ਦਾ ਟਾਈਮ। ਰਾਜਾ ਕੋਟਲੀ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਰਮੇਸ਼ ਕੁਮਾਰ ਤੋਂ ਪਰਚਾ ਦਰਜ ਕਰੋ, ਦਿੱਲੀ ਸ਼ਰਮਾ ਤੋਂ ਪਰਚਾ ਦਰਜ ਕਰੋ, ਪੰਜਾਬ ਸਰਕਾਰ ਮੁਰਦਾ ਪਾਤ, ਪੰਜਾਬ ਸਰਕਾਰ ਮੁਰਦਾ ਪਾਤ, ਗੁੰਡਾ ਗਰਦੀ ਨਹੀਂ ਚਲੇਗੀ। ਜਿਹੜਾ ਗੁਰੂ ਬਾਬਾ ਅੰਬੇਦਕਰ ਜੀ ਦੇ ਨਾਂ 'ਤੇ ਪਿਛਲੀ ਪੰਚਾਇਤ ਨੇ ਪਾਰਕ ਬਣਾਇਆ ਸੀ, ਉਹਦੇ ਵਿੱਚ ਅਣਅਧਿਕਾਰਿਤ ਤੌਰ 'ਤੇ ਇੱਕ ਕੰਧ ਕਰਵਾ ਦਿੱਤੀ ਗਈ ਸੀ, ਜਿਹਦੀ ਕਿ ਸਿੱਚੋ ਸਾਹਿਬ ਕਥੂ ਨਗਰ ਵੱਲੋਂ ਤੋੜ ਵੀ ਦਿੱਤੀ ਗਈ ਸੀ। ਸਾਡੇ ਦਫ਼ਤਰ ਵੱਲੋਂ 2-3 ਵਾਰੀ ਇਹ ਕੋਸ਼ਿਸ਼ ਕੀਤੀ ਗਈ ਸੀ ਸਾਡੇ ਮੁਲਾਜ਼ਮ ਭੇਜ ਕੇ ਵੀ ਉਹ ਮਲਬਾ ਚੁਕਾ ਲਿਆ ਜਾਵੇ, ਜੋ ਕਿ ਪਿਛਲੀ ਪੰਚਾਇਤ ਦਾ ਮੇਨ ਮੁੱਦਾ ਸੀ, ਪਰ ਉੱਥੇ ਆਸਾਰ ਇਹ ਸੀ ਕਿ ਅਮਨ ਅਤੇ ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਸੀ, ਜਿਸ ਕਰਕੇ ਜੋ ਸਰਕਾਰ ਦਾ ਪ੍ਰੋਸੀਜਰ ਹੈ ਉਸ ਅਨੁਸਾਰ ਅਸੀਂ ਮਾਨਯੋਗ ਡੀ ਸੀ ਸਾਹਿਬ ਨੂੰ ਪੁਲਿਸ ਪ੍ਰੋਟੈਕਸ਼ਨ ਲਈ ਲਿਖ ਦਿੱਤਾ ਗਿਆ ਸੀ, ਜਿਹੜੀ ਸਾਨੂੰ 3 ਤਰੀਕ ਨੂੰ ਮਿਲ ਚੁੱਕੀ ਹੈ, ਅਤੇ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਮਲਬਾ ਚੁਕਾਵਾਂਗੇ। ਰਿਪੋਰਟ ਹਾਂਜੀ, ਡੀ ਐੱਸ ਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅੱਜ ਅਸੀਂ ਚੁਕਾ ਦਿੰਦੇ ਹਾਂ, ਕਿਉਂਕਿ ਜਦ ਤੱਕ ਪੁਲਿਸ ਪ੍ਰੋਟੈਕਸ਼ਨ ਨਹੀਂ ਆਉਂਦੀ। ਹਾਂਜੀ ਸਰ, ਇਹ ਮਲਬਾ ਜਿਹੜਾ ਅੱਜ ਹੀ ਚੁੱਕਿਆ ਜਾਏਗਾ? ਹਾਂਜੀ, ਡੀ ਐੱਸ ਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਪੁਲਿਸ ਪ੍ਰੋਟੈਕਸ਼ਨ ਆ ਗਈ ਹੈ, ਉਹ ਅਸੀਂ ਕਾਪੀ ਸਵੇਰੇ ਜਿਹੜੇ ਸ਼ਿਕਾਇਤ ਕਰਤਾ ਉਹਨਾਂ ਨੂੰ ਵੀ ਉਹ ਪੁਲਿਸ ਪ੍ਰੋਟੈਕਸ਼ਨ ਦੀ ਕਾਪੀ ਵਿਖਾ ਦਿੱਤੀ ਗਈ ਸੀ। ਉਸ ਤੋਂ ਇਲਾਵਾ ਮੇਰੇ ਵੱਲੋਂ ਪਹਿਲਾਂ ਵੀ ਇੱਕ ਅੰਤਰਿਮ ਰਿਪੋਰਟ ਭੇਜ ਦਿੱਤੀ ਗਈ ਸੀ, ਕਿਉਂਕਿ ਕਾਗਜ਼ੀ ਕਾਰਵਾਈ ਵਿੱਚ ਜੋ ਸਾਹਮਣੇ ਆਊਗਾ ਕਾਨੂੰਨੀ ਤਰੀਕੇ ਨਾਲ, ਜਿਹੜਾ ਵੀ ਦੋਸ਼ੀ ਹੋਊਗਾ ਉਹਦਾ ਆਪਾਂ ਨਾ ਰਿਕਮੈਂਡ ਕਰਾਂਗੇ ਕਾਨੂੰਨੀ ਕਾਰਵਾਈ ਲਈ, ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਲਈ। ਠੀਕ ਹੈ, ਜਦ ਤੱਕ ਸਾਡੀ ਫਾਈਲ 'ਚ ਉਹ ਸਾਰੀ ਨਿਰਪੱਖ ਤੌਰ 'ਤੇ ਵਧੀਆ ਤਰੀਕੇ ਨਾਲ ਸਾਡਾ ਕੋਈ ਰਿਜ਼ਲਟ ਨਹੀਂ ਆਉਂਦਾ, ਕਿਸੇ ਨਤੀਜੇ 'ਤੇ ਨਹੀਂ ਪਹੁੰਚਦੇ, ਅਸੀਂ ਤਦ ਤੱਕ ਐੱਫ ਆਈ ਆਰ ਰਿਕਮੈਂਡ ਨਹੀਂ ਕਰ ਸਕਦੇ, ਇਸ ਲਈ ਅਸੀਂ ਥੋੜ੍ਹਾ ਸਮਾਂ ਲਿਆ ਆ ਪ੍ਰਸ਼ਾਸਨ ਨੇ। ਜੀ ਸਰ, ਅੱਜ 4 ਤਰੀਕ ਹੈ ਜੀ। ਹਾਂਜੀ, ਅੱਜ ਹੀ ਸਫਾਈ ਕਰਵਾ ਦੋਗੇ? ਨਹੀਂ ਵੇਖੋ, ਮੈਂ ਉਹੀ ਗੱਲ ਕਰ ਰਿਹਾ ਕਿ ਡੀ ਐੱਸ ਪੀ ਸਾਹਿਬ ਨੇ ਕਿਹਾ ਕਿ ਸਾਨੂੰ ਡੀ ਸੀ ਸਾਹਿਬ ਵੱਲੋਂ ਡਿਪਾਰਟਮੈਂਟ ਤੁਹਾਡਾ ਹੈ? ਨਹੀਂ, ਡਿਪਾਰਟਮੈਂਟ ਪੁਲਿਸ ਵੀ ਨਾਲ ਹੈ, ਜੇ ਸਾਡੇ ਡਿਪਾਰਟਮੈਂਟ ਹੁੰਦਾ ਮੈਂ ਦੱਸ ਚੁੱਕਾ ਕਿ ਨਹੀਂ ਸਾਡੀ ਪੂਰੀ ਕੋਸ਼ਿਸ਼ ਆ, ਪੁਲਿਸ ਕਰਕੇ ਟਾਈਮ ਲਿਆ ਗਿਆ ਸੀ ਪੁਲਿਸ ਪ੍ਰੋਟੈਕਸ਼ਨ ਦੇ।
ਜਿਵੇਂ ਕਿ ਡੀ ਸੀ ਸਾਹਿਬ ਨੇ DSP ਸਾਹਿਬ ਨੇ ਦੱਸਿਆ ਕਿ ਅਲੱਗ ਅਲੱਗ ਨਾਕਿਆਂ 'ਤੇ ਪੁਲਿਸ ਪ੍ਰੋਟੈਕਸ਼ਨ ਗਈ ਆ। ਅਸੀਂ ਜਨਾਨਾ ਅਤੇ ਮਰਦਾਨਾ ਦੋਨੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਸੀ, ਉਹ ਮਿਲ ਜਾਂਦੀ ਹੈ ਅਤੇ ਸਾਨੂੰ ਕੋਈ ਮੁਸ਼ਕਲ ਨਹੀਂ ਹੈ ਚੁਕਾਉਣ ਵਿੱਚ। ਠੀਕ ਹੈ ਜੀ, ਵੇਖੋ ਉਦੋਂ ਵੀ ਮੈਂ ਦੱਸਿਆ ਸੀ ਇੱਕ ਹਰ ਕੰਮ ਨੂੰ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ ਹੈ, ਝਟਪਟ ਕੰਮ ਨਹੀਂ ਹੁੰਦੇ। DC ਸਾਹਿਬ ਨੂੰ ਜਦੋਂ ਲਾਸਟ ਟਾਈਮ ਮੇਰੇ ਸੀਨੀਅਰ ਆਫਿਸਰ ਮੌਕਾ ਵੇਖ ਕੇ ਗਏ ਸੀ, ਉਸ ਦਿਨ ਉਹਨਾਂ ਨੇ ਸਾਨੂੰ ਰਿਕਮੈਂਡ ਕਰ ਦਿੱਤਾ ਸੀ, ਪੰਚਾਇਤ ਨੇ ਵੀ ਸਾਨੂੰ ਕਹਿਤਾ ਸੀ। ਠੀਕ ਹੈ ਜੀ, ਵੇਖੋ ਪੁਲਿਸ, ਉਹ ਮੈਂ ਤੀਜੀ ਚੌਥੀ ਵਾਰੀ ਜਵਾਬ ਦੇ ਚੁੱਕਾ, DSP ਸਾਹਿਬ ਨੇ ਕਹਿਤਾ ਆਪਾਂ ਪੁਲਿਸ ਜਦੋਂ ਸਾਡੇ ਕੋਲ ਫੋਰਸ ਆ ਜੂਗੀ ਅਸੀਂ ਚੁਕਾ ਦੇਵਾਂਗੇ। ਠੀਕ ਹੈ ਜੀ, ਜੋ ਬੋਲੇ ਸੋ ਨਿਰਭੈ ਭਗਵਾਨ ਵਾਲਿੰਗ ਮਹਾਰਾਜ ਕੀ ਜੈ, ਸ਼੍ਰੀ ਸ਼੍ਰੀ ਇੱਕ ਸੌ 8 ਸਤਿਗੁਰੂ ਗਿਆਨ ਨਾਥ ਮਹਾਰਾਜ ਕੀ ਜੈ। ਇਸ ਤਰ੍ਹਾਂ ਕਿ ਲਗਾਤਾਰ 4 ਮਹੀਨੇ ਤੋਂ ਪਿੰਡ ਗੋਪਾਲਪੁਰੇ ਦੇ ਵਿੱਚ ਡਾਕਟਰ BR ਅੰਬੇਦਕਰ ਜਿਹੜੀ ਪਾਰਕ ਹੈ, ਜਿਸ ਨੂੰ ਮਨੋਵਾਦੀ ਸੋਚ ਰੱਖਣ ਵਾਲੇ ਦੋਸ਼ੀਆਂ ਨੇ ਖੁਰਦਬੁਰਦ ਕਰ ਦਿੱਤਾ ਸੀ, ਜਿਸ ਨੂੰ ਪਹਿਲਾਂ ਤਾਂ ਪਿੰਡ ਲੈਵਲ 'ਤੇ ਪਿੰਡ ਦੇ ਮੈਂਬਰਾਂ ਨੇ ਕਾਫੀ ਸੰਘਰਸ਼ ਕੀਤਾ, ਕਈ ਵਾਰੀ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ, ਪਰ ਜਿਸ ਤਰ੍ਹਾਂ ਹੀ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ, ਅਸੀਂ ਤੁਰੰਤ ਹੀ ਮਾਣਯੋਗ DC ਸਾਹਿਬ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦਿੱਤਾ, ਜੋ ਕਿ ਉਹਨਾਂ ਨੇ ਉਸੇ ਵਕਤ SDM ਮਜੀਠੇ ਦੀ ਡਿਊਟੀ ਲਗਾਈ, ਪਰ ਪਤਾ ਨਹੀਂ ਪ੍ਰਸ਼ਾਸਨ ਨੇ ਕਿਉਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਮਜਬੂਰਨ ਅੱਜ ਸਾਡੀ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਨੈਸ਼ਨਲ ਹਾਈਵੇ 'ਤੇ ਧਰਨਾ ਪ੍ਰਦਰਸ਼ਨ ਕਰਨ ਦਾ ਸਮਾਂ ਰੱਖਿਆ ਗਿਆ ਸੀ ਅਤੇ ਜੋ ਕਿ ਲਗਾਇਆ ਗਿਆ, ਪਰ ਉਸ ਦੇ ਵਿੱਚ ਸਾਡੇ ਹੀ ਸਮਾਜ ਦੇ ਜਿਹੜੇ DSP ਬਾਬਾ ਬਕਾਲਾ, ਉਹਨਾਂ ਦੀ IG ਸਾਹਿਬ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਡਿਊਟੀ ਲਗਾਈ ਗਈ ਸੀ ਕਿ ਤੁਸੀਂ ਜਾ ਕੇ ਜਿਹੜਾ ਮਾਮਲੇ ਨੂੰ ਸੋਲਵ ਆਊਟ ਕਰੋ ਅਤੇ ਪ੍ਰਸ਼ਾਸਨ ਨਾਲ ਬਹਿ ਕੇ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਹੈ, ਜਿਸ ਦੇ ਵਿੱਚ ਤੁਸੀਂ ਦੇਖਿਆ ਹੈ ਕਿ SDM ਮਜੀਠਾ ਅਤੇ BDO ਸਾਹਿਬ ਮਜੀਠਾ, ਉਹਨਾਂ ਨਾਲ DSP ਮਜੀਠਾ ਅਤੇ DSP ਬਾਬਾ ਬਕਾਲਾ ਜੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ 10 ਦਿਨ ਦੇ ਅੰਦਰ ਅੰਦਰ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਜਾਏਗਾ, ਜੇਕਰ ਪ੍ਰਸ਼ਾਸਨ ਨਹੀਂ ਕਰੇਗਾ ਤਾਂ ਮੁੜ ਤੋਂ 10 ਦਿਨ ਬਾਅਦ ਜਿਹੜਾ ਸੰਘਰਸ਼ ਆ ਹੋਰ ਤੇਜ਼ ਕਰ ਦਿੱਤਾ ਜਾਏਗਾ, ਅਤੇ ਜਿਹੜਾ ਇਹ ਸੰਘਰਸ਼ ਆ ਤੁਹਾਨੂੰ ਸੜਕਾਂ 'ਤੇ ਨਹੀਂ ਵੇਖਣ ਨੂੰ ਮਿਲੇਗਾ, ਇਹ ਲਾਈਨਾਂ 'ਤੇ ਵੇਖਣ ਨੂੰ ਮਿਲੇਗਾ, ਕਿਉਂਕਿ ਡਾਕਟਰ BR ਅੰਬੇਦਕਰ ਜੋ ਕਿ ਸਾਡੇ ਦਲਿਤਾਂ ਦੇ ਮਸੀਹਾ ਨੇ, ਜਿਨ੍ਹਾਂ ਦੀ ਪਾਰਕ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਨੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਪੰਜਾਬ ਸਰਕਾਰ ਇਹਨੂੰ ਗੰਭੀਰਤਾ ਨਾਲ ਲਵੇ ਅਤੇ ਦਲਿਤਾਂ ਦੀ ਧਾਰਮਿਕ ਭਾਵਨਾ ਨੂੰ ਜਿਹੜੀ ਠੇਸ ਪਹੁੰਚੀ ਆ ਅਤੇ ਦੋਸ਼ੀਆਂ ਨੂੰ ਖੁਰਦਬੁਰਦ ਕਰਨ ਦਾ ਦੰਗੇ ਭੜਕਾਉਣ ਦਾ ਜਿਹੜਾ ਮਾਮਲਾ ਉਹਨਾਂ 'ਤੇ ਦਰਜ ਕੀਤਾ ਜਾਵੇ। ਹਾਂਜੀ, ਸਿਆਸੀ ਦਬਾਅ ਹੇਠ ਜਿਹੜਾ ਦੋਸ਼ੀਆਂ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਮੈਮੋਰੰਡਮ ਦਿੱਤਾ ਸੀਗਾ ਜਿਹੜਾ ਕੋਈ ਮੈਮੋਰੰਡਮ ਦਿੱਤਾ, ਦੇਖੋ ਜੀ ਪ੍ਰਸ਼ਾਸਨ ਦੀ ਵੀ ਇੱਕ ਕੋਈ ਕਾਨੂੰਨੀ ਤਰੀਕਾ ਹੁੰਦਾ ਕੰਮ ਕਰਨ ਦਾ, ਉਹਨਾਂ ਨੇ ਕੋਈ ਇੱਕ ਗਿਲਾ ਸ਼ਿਕਵਾ ਸੀਗਾ ਪ੍ਰਸ਼ਾਸਨ ਦੇ ਨਾਲ, ਉਹਨਾਂ ਨੇ ਆਪਣਾ ਮੈਮੋਰੰਡਮ DC ਸਾਹਿਬ ਨੂੰ ਦਿੱਤਾ ਸੀਗਾ ਅਤੇ ਉਹਦੀ ਇਨਕੁਆਇਰੀ ਫਰਦਰ BDPO ਸਾਹਿਬ ਮਜੀਠਾ ਤੋਂ ਚੱਲ ਰਹੀ ਹੈ, ਤਾਂ ਇਨਕੁਆਇਰੀ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ, ਥੋੜ੍ਹਾ ਟਾਈਮ ਲੱਗਦਾ ਹੈਗਾ, ਤਾਂ ਇਨਕੁਆਇਰੀ ਉਹ ਕਰ ਰਹੇ ਨੇ, ਜਿੱਦਾਂ ਇਹਨਾਂ ਦੀ ਇਨਕੁਆਇਰੀ ਹੋਏਗੀ, ਇਨਕੁਆਇਰੀ ਰਿਪੋਰਟ ਫਾਈਨਲਾਈਜ਼ ਹੋਏਗੀ, ਜੋ ਉਹਦੇ ਹਿਸਾਬ ਨਾਲ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਪ੍ਰਸ਼ਾਸਨ ਕਾਰਵਾਈ ਕਰੇਗਾ। ਇਹਨਾਂ ਨੇ DC ਮੈਮੋਰੰਡਮ ਜਿਹੜਾ DC ਸਾਹਿਬ ਨੂੰ ਇਹਨਾਂ ਨੇ ਪਿਛਲੇ ਮਹੀਨੇ ਦਿੱਤਾ, ਅਤੇ ਇਹਨਾਂ ਨੇ ਕੁਛ ਟਾਈਮ ਇਹਨਾਂ ਵੱਲੋਂ ਦਿੱਤਾ ਗਿਆ ਸੀਗਾ DC ਸਾਹਿਬ ਨੂੰ ਵੀ ਇੰਨੀ ਦੇਰ ਦੇ ਵਿੱਚ ਇਹਦਾ ਕੋਈ ਕਾਰਵਾਈ ਕੀਤੀ ਜਾਵੇ। ਉਹ BDO ਸਾਹਿਬ ਆਏ ਹੋਏ ਨੇ, BDO ਸਾਹਿਬ ਡੀਲ ਕਰ ਰਹੇ ਨੇ ਮੈਟਰ ਦੇ ਨਾਲ, ਆਲਰੇਡੀ ਆਪਣੇ ਰਿਪੋਰਟ ਲਿਖਦੇ ਹੋਏ ਨੇ ਅਤੇ ਰਿਪੋਰਟ ਫਾਈਲ ਕਰ ਰਹੇ ਨੇ, ਤਾਂ BDO ਸਾਹਿਬ ਦੇ ਰਿਪੋਰਟ ਦੇ ਹਿਸਾਬ ਨਾਲ ਉਹਦੇ ਆਧਾਰ ਦੇ ਉੱਤੇ ਜੋ ਵੀ ਅਗਲੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ